ਇਤਿਹਾਸਿਕ ਚਰਨ ਛੋਹ ਅਸਥਾਨ ਪਿੰਡ ਡੰਡੇ ਜ਼ਿਲ੍ਹਾ ਅੰਮ੍ਰਿਤਸਰ ਵਿਖੇ। ਇਤਿਹਾਸਿਕ ਖੂਹ ਪਾਣੀ ਦੀ ਘਾਟ ਹੋਣ ਕਾਰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਇਹ ਖੂਹ ਆਪ ਪ੍ਰਗਟ ਕੀਤਾ ਸੀ। ਉਰੇ ਅੱਜ ਵੀ ਮੌਜੂਦ ਹੈ ਇਸ ਸਥਾਨ 'ਤੇ। ਸਤਿਗੁਰੂ ਰਵਿਦਾਸ ਮਹਾਰਾਜ ਜੀ ਇਸ ਸਥਾਨ 'ਤੇ 40 ਦਿਨ ਰੁਕੇ ਸਨ। ਔਰ ਜੋ ਇਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਪਵਿੱਤਰ ਸਰੀਰ ਦਾ ਦਰਖਤ, ਜੋ ਅੱਜ ਵੀ ਇਸ ਸਥਾਨ 'ਤੇ ਮੌਜੂਦ ਹੈ, ਜਿਸ ਦੇ ਥੱਲੇ ਬੈਠ ਕੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਤਸੰਗ ਕਰਿਆ ਕਰਦੇ ਸਨ। ਇਹ ਜੋ ਸਾਹਮਣੇ ਤੁਸੀਂ ਦੇਖ ਰਹੇ ਹੋ ਬੋਹੜ ਦਾ ਦਰਖਤ, ਔਰ ਇਸ ਸਥਾਨ 'ਤੇ ਭੱਠੀ ਹੁੰਦੀ ਸੀ। ਇਹ ਭੱਠੀ ਦਾ ਸਥਾਨ ਹੈ ਜਿੱਥੇ ਅੱਜ ਬੋਹੜ ਦਾ ਦਰਖਤ ਮੌਜੂਦ ਹੈ। ਪੁਰਾਣੇ ਬਜ਼ੁਰਗ ਇੱਥੋਂ ਦੇ ਦੱਸਦੇ ਹਨ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਅਤੇ ਸੰਤ ਮੰਡਲੀ ਦੇ ਲੰਗਰ ਪ੍ਰਸ਼ਾਦੇ ਬਣਾਉਣ ਲਈ ਇੱਥੇ ਭੱਠੀ ਬਣਾਈ ਗਈ ਸੀ। ਆਓ ਸੰਗਤ ਜੀ, ਤੁਸੀਂ ਇੱਥੋਂ ਦੇ ਮੰਦਿਰ ਦੇ ਦਰਸ਼ਨ ਕਰੋ ਜੀ। ਸਤਿਗੁਰੂ ਦਾਸ ਮਹਾਰਾਜ ਦੇ ਸਾਹਮਣੇ ਇਤਿਹਾਸ ਆ ਲਿਖਿਆ ਗਿਆ, ਔਰ ਅੰਦਰ ਦੇ ਵੀ ਤੁਸੀਂ ਦਰਸ਼ਨ ਕਰ ਸਕਦੇ ਹੋ। ਸਤਿਗੁਰੂ ਦਾਸ ਮਹਾਰਾਜ ਦਾ ਸਰੂਪ ਲੱਗਾ ਹੋਇਆ ਆ। ਔਰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਜੀ। ਜੈ ਗੁਰਦੇਵ, ਧੰਨ ਗੁਰਦੇਵ।